ਇਮੀਗ੍ਰੇਸ਼ਨ ਨਾਲ ਸੰਬੰਧਿਤ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਦੇਰੀ ਹੋ ਰਹੀ ਹੈ ਚਾਹੇ ਉਹ ਕੈਨੇਡੀਅਨ ਦੇ ਪਾਸਪੋਰਟ ਬਣਾਉਣੇ ਹੋਣ ਚਾਹੇ ਵਿਜ਼ਟਰ ਵੀਜ਼ਾ ਹੋਵੇ ਚਾਹੇ ਸਟੂਡੈਂਟ ਵੀਜ਼ਾ ਆ ਦੇਰੀ ਬਹੁਤ ਜ਼ਿਆਦਾ ਹੋ ਰਹੀ ਆ ਹੁਣ ਇਸ ਵੇਲੇ ਇੱਕ ਨਵੀਂ ਸਮੱਸਿਆ ਸਾਹਮਣੇ ਆ ਰਹੀ ਹੈ ਕਿ ਪੂਰੇ ਕੈਨੇਡਾ ਦੇ ਵਿੱਚ ਪੋਸਟ ਸਕੈਂਡਰੀ ਕੈਂਪਸ ਪਿਛਲੇ ਵੀਕ ਦੇ ਵਿੱਚ ਹਜ਼ਾਰਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉਹ ਵਾਪਸ ਉੱਥੇ ਨਹੀਂ ਆ ਸਕੇ ਕਿਉਂਕਿ ਰੌਲਾ ਇਹ ਪੈ ਗਿਆ ਕਿ ਉਹਨਾਂ ਦਾ ਜਿਹੜਾ ਸਟੇਟਸ ਆ ਸਟੱਡੀ ਪਰਮਿਟ ਦਾ ਉਹ ਨਹੀਂ ਪਤਾ ਲੱਗ ਰਿਹਾ ਕਈ ਲੋਕ ਨੇ ਜਿਹੜੇ ਇੱਥੇ ਰਹਿ ਰਹੇ ਨੇ ਔਰ ਜਿਹੜੀ ਕੈਨੇਡੀਅਨ ਅ ਅਲਾਈਅੰਸ ਆਫ ਸਟੂਡੈਂਟ ਐਸੋਸੀਏਸ਼ਨ ਆ ਉਹਦੇ ਆਰਗੇਨਾਈਜ਼ਰ ਵੀ ਇਹ ਗੱਲਬਾਤ ਦੱਸ ਰਹੇ ਆ ਕਿ ਬਹੁਤ ਸਾਰੇ ਫਰਸਟ੍ਰੇਸ਼ਨ ਹੈ ਨਾ ਸਟੂਡੈਂਟਸ ਦੇ ਵਿੱਚ ਆਈ ਆ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਕੋਲ ਬੈਕਲੌਗ ਬਹੁਤ ਆ ਉਹ ਆਪਣਾ ਬੈਕਲੌਗ ਕਲੀਅਰ ਕਰਨ ਦੇ ਲੱਗੇ ਆ ਇਹ ਜਿਹੜੇ ਨਿਆਣਿਆਂ ਨੇ ਅਗਲੇ ਸੈਸ਼ਨ ਦੇ ਵਿੱਚ ਜਾਣਾ ਸਟੂਡੈਂਟਸ ਨੇ ਉਹਨਾਂ ਦੇ ਸਾਹਮਣੇ ਇਸ ਵੇਲੇ ਉਹਨਾਂ ਦਾ ਸਟੱਡੀ ਪਰਮਿਟ ਦੇ ਉੱਤੇ ਸਟੇਟਸ ਨਹੀਂ ਜਿਹੜਾ ਉਹਨਾਂ ਦਾ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ ਜਿਹੜਾ ਇਹ ਡਿਲੇ ਆ ਦੇਰੀ ਆ ਇਹਨੇ ਇਹਨਾਂ ਸਟੂਡੈਂਟਸ ਦੇ ਕੈਂਪਸ ਦੇ ਉੱਤੇ ਜਿਹੜਾ ਐਕਸਪੀਰੀਅנס ਆ ਉਹਦੇ ਉੱਤੇ ਸਿੱਧਾ ਸਿੱਧਾ ਅਸਰ ਪਾ ਰਿਹਾ ਮਤਲਬ ਕੀ ਆ ਕਿ ਸਟੂਡੈਂਟ ਪਹਿਲੇ ਬਦਲ ਹੋ ਸਕਦਾ ਥੋੜੇ ਦਿਨਾਂ ਨੂੰ ਇਹ ਵਰਕ ਸਟਡੀ ਪਰਮਿਟ ਜਿਹੜੇ ਆ ਵੀ ਜਾਣ ਪਰ ਮਿਡਲ ਆਫ ਸੈਪਟੈਂਬਰ ਤੱਕ ਜਦੋਂ ਇਹ ਕੈਂਪਸ ਦੇ ਵਿੱਚ ਨਹੀਂ ਆ ਸਕਦੇ ਜਾਂ ਈਵਨ ਇਹ ਵੀ ਹੋ ਸਕਦਾ ਅਕਤੂਬਰ ਤੱਕ ਇਹ ਕੈਂਪਸ ਦੇ ਵਿੱਚ ਨਾ ਆਉਣ ਜਦੋਂ ਵੀ ਕੈਂਪਸ ਦੇ ਵਿੱਚ ਕਿਸੇ ਕਾਲਜ ਯੂਨੀਵਰਸਿਟੀ ਦੇ ਵਿੱਚ ਜਾਇਆ ਜਾਂਦਾ ਉਹਨਾਂ ਦਾ ਪਹਿਲਾਂ ਇੱਕ ਪ੍ਰੋਸੀਜਰ ਹੁੰਦਾ ਉੱਥੇ ਅੰਦਰ ਆਉਣ ਦਾ ਤੋਂ ਬਾਅਦ ਉਹਨਾਂ ਦਾ ਜਿਹੜਾ ਵੈਲਕਮ ਵੀਕ ਹੁੰਦਾ ਜਿਹਦੇ ਵਿੱਚ ਤੁਸੀਂ ਸਾਰੇ ਕੈਂਪਸ ਨੂੰ ਜਾਣਦੇ ਆ ਕਿਹੜੀ ਬਿਲਡਿੰਗ ਕਿੱਧਰ ਹੈ ਕਿਹੜਾ ਡਿਪਾਰਟਮੈਂਟ ਕਿੱਧਰ ਇੰਟਰੋਡਕਸ਼ਨ ਹੁੰਦੀ ਆ ਫਰੈਂਡਸ ਦੇ ਨਾਲ ਹੁੰਦੀ ਆ ਹੋਰ ਸਾਰਾ ਕੁਝ ਹੁੰਦਾ ਉੱਥੋਂ ਦੋਸਤ ਬਣਦੇ ਆ ਤੁਸੀਂ ਕਿੱਥੇ ਰਹਿਣਾ ਕੀ ਕਰਨਾ ਉਹ ਜਿਹੜੀ ਖਾਸ ਤੌਰ ਦੇ ਤੇ ਯੂਨੀਵਰਸਿਟੀ ਐਕਸ ਕਾ ਸਟੂਡੈਂਟ ਜਿਹੜੇ ਆ ਉਹਦੇ ਤੋਂ ਵਾਂਝੇ ਰਹਿ ਜਾਣਗੇ। ਬਾਕੀ ਸਾਰੇ ਤਾਂ ਆ ਗਏ ਆ ਜਿਹੜੇ ਇੱਥੋਂ ਦੇ ਪੜ੍ਹਨ ਵਾਲੇ ਆ ਜਦੋਂ ਇੰਟਰਨੈਸ਼ਨਲ ਸਟੂਡੈਂਟ ਆਉਣਾ ਉਹਨਾਂ ਨੇ ਹੈਗਾ ਪੜਾਉਣਗੇ ਉਹ ਲੇਟ ਹੋ ਸਕਦਾ ਸਤੰਬਰ ਦੇ ਅੱਧ ਹੁਣ ਤੱਕ ਨਹੀਂ ਆਏ ਉਹ ਤੇ ਅਗਲੇ ਜਿਹੜਾ ਅਕਤੂਬਰ ਉਹਨਾਂ ਨੂੰ ਆ ਜਵੇ ਤੇ ਕੁਦਰਤੀ ਤੌਰ ਦੇਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਕਾਫੀ ਜ਼ਿਆਦਾ ਟਿਊਸ਼ਨ ਫੀ ਪੇ ਕਰਦੇ ਆ ਕਈ ਵਾਰੀ 3 ਗੁਣਾ ਟਿਊਸ਼ਨ ਫੀ ਹੁੰਦੀ ਹੈ ਜਿਹੜਾ ਕੈਨੇਡਾ ਦਾ ਨਿਆਣਾ ਪੜਦਾ ਯੂਨੀਵਰਸਿਟੀ ਦੇ ਵਿੱਚ ਉਸੇ ਕੋਰਸ ਦੇ ਲਈ ਉਹਦੀ ਤੇ ਅੰਤਰਰਾਸ਼ਟਰੀ ਵਿਦਿਆਰਥੀ ਦੀ ਫੀਸ 3 ਗੁਣਾ ਜ਼ਿਆਦਾ ਹੁੰਦੀ ਆ ਹੁਣ ਸਰਕਾਰ ਨੂੰ ਇਹ ਕਿਹਾ ਜਾ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੇ ਪ੍ਰੋਸੈਸ ਨੂੰ ਤੇਜ਼ ਕੀਤਾ ਜਾਵੇ ਸਟੱਡੀ ਪਰਮਿਟ ਨੂੰ ਤੇਜ਼ੀ ਦੇ ਨਾਲ ਇਹਨਾਂ ਨੂੰ ਦਿੱਤਾ ਜਾਵੇ ਜਿਹੜੇ ਇਮੀਗ੍ਰੇਸ਼ਨ ਰੈਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਆ ਉਹ ਕਹਿੰਦੇ ਸੀ ਸਟਾਫ ਬੂਸਟ ਕਰ ਰਹੇ ਆ ਅਸੀਂ ਸਿਸਟਮ ਨੂੰ ਮਾਡਰਨਾਈਜ਼ ਕਰ ਰਹੇ ਆ ਬੰਦੇ ਹੋਰ ਰੱਖ ਰਹੇ ਆ ਅਸੀਂ ਕੰਪਿਊਟਰ ਨੂੰ ਕਿਸੇ ਤਰ੍ਹਾਂ ਦੇ ਸਿਸਟਮ ਨੂੰ ਕਰ ਰਹੇ ਆ ਤਾਂ ਕਿ ਸਾਡੀ ਜਿਹੜੀ ਕਪੈਸਿਟੀ ਆ ਉਹ ਬੈਕਲੌਗ ਨੂੰ ਪੂਰਾ ਕਰਨ ਦੇ ਵਿੱਚ ਠੀਕ ਠਾਕ ਹੋ ਜੇ ਪਰ ਨਤੀਜੇ ਅਜੇ ਸਾਹਮਣੇ ਨਹੀਂ ਆ ਰਹੇ ਬਹੁਤ ਦੇਰ ਤੋਂ ਇਹ ਗੱਲਬਾਤਾਂ ਲੋਕ ਸੁਣਦੇ ਆਉਂਦੇ ਆ ਲਗਭਗ ਇਮੀਗ੍ਰੇਸ਼ਨ ਨਾਲ ਸੰਬੰਧਿਤ ਹਰ ਵਿਅਕਤੀ ਇਸ ਚੀਜ਼ ਤੋਂ ਪ੍ਰਭਾਵਿਤ ਹੋਇਆ ਆਈਆਰਸੀਸੀ ਆ 18 ਅਗਸਤ ਤੱਕ ਉਹਨਾਂ ਕੋਲ ਦੱਸ ਦਿਆ ਕਿ ਜਿਹੜੀਆਂ ਸਟੱਡੀ ਪਰਮਿਟ ਦੀਆਂ ਐਪਲੀਕੇਸ਼ਨਾਂ ਇੱਕ ਲੱਖ 63600 ਐਪਲੀਕੇਸ਼ਨ ਪ੍ਰੋਸੈਸ ਕਰਨ ਦੇ ਲਈ ਪਈ ਸੀ 64% ਉਹਨਾਂ ਦੇ ਜਿਹੜੀਆਂ ਐਪਲੀਕੇਸ਼ਨਸ ਹੈਗੀਆਂ ਵਿਦਨ ਸਰਵਿਸ ਸਟੈਂਡਰਡ ਮਤਲਬ 70 ਦਿਨ 60 ਦਿਨ ਦੇ ਟਾਈਮ ਦੇ ਵਿੱਚ ਵਿੱਚ ਹੈਗੀਆਂ ਆ ਤੇ ਕਈ ਹਜ਼ਾਰਾਂ ਸਟੂਡੈਂਟ ਜਿਨ੍ਹਾਂ ਦੀਆਂ ਐਪਲੀਕੇਸ਼ਨ ਹੋ ਸਕਦਾ ਟਾਈਮ ਦੇ ਉੱਤੇ ਜਦੋਂ ਸਕੂਲイヤー ਸਟਾਰਟ ਹੋਣਾ ਉਹ ਰੈਡੀ ਨਾ ਹੋਣ ਤੇ ਅਸਰ ਉਹਨਾਂ ਦੇ ਉੱਤੇ ਪੈਣਾ ਐਂਗਜ਼ਾਇਟੀ ਬਹੁਤ ਜ਼ਿਆਦਾ ਹਾਈ ਹੈ ਇਸ ਵੇਲੇ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਉਹਨਾਂ ਦਾ ਜਿਹੜਾ ਜੀਵਨ ਆ ਉਹਨਾਂ ਦੀ ਜਿਹੜੀ ਲਾਈਫ ਆ ਪੋਸਟ ਸਕੈੰਡਰੀ ਐਜੂਕੇਸ਼ਨ ਦੇ ਪਹਿਲੇ ਦਿਨ ਜੇਕਰ ਇਸ ਤਰ੍ਹਾਂ ਚਲੇ ਜਾਂਦੇ ਕਿਉਂਕਿ ਵੱਖ-ਵੱਖ ਦੇਸ਼ਾਂ ਨਾਲ ਉਹਨਾਂ ਦਾ ਸੰਬੰਧਤਾ ਤੇ ਉਹਨਾਂ ਦੇ ਉੱਤੇ ਉਸ ਵੇਲੇ ਦਾ ਜਿਹੜਾ ਫਾਈਨੈਂਸ਼ੀਅਲ ਬਰਡਨ ਆ ਉਹ ਵੀ ਵੱਡਾ ਪੈ ਰਿਹਾ ਹੈ ਜੇਕਰ ਇਹਨੂੰ ਕੁਝ ਹਫ਼ਤੇ ਪਹਿਲਾਂ ਵੀ ਲੈ ਜਾਂਦੇ ਆ ਤਾਂ ਜਿਹੜੀ 1000 ਕਈ 1000 ਡਾਲਰ ਦਾ ਰੈਂਟ ਉਹਨਾਂ ਦੇ ਉੱਤੇ ਫੂਡ ਤੇ ਹੋਰ ਸਾਰਾ ਕੁਝ ਫਲਾਈਟਸ ਕਮੋਡੀਸ਼ਨ ਉਹ ਸਾਰਾ ਕੁਝ ਉਹਨਾਂ ਨੂੰ ਬੀਅਰ ਕਰਨਾ ਪੈ ਰਿਹਾ ਸਟੂਡੈਂਟ ਚਿੰਤਤ ਨੇ ਇਸ ਗੱਲ ਦੇ ਕਰਕੇ ਕਿ ਜਿਹੜਾ ਸੈਮੈਸਟਰ ਸਕੂਲ ਦੇ ਵਿੱਚ ਉਹ ਜਦੋਂ ਸ਼ੁਰੂ ਹੋਣਾ ਸਾਡਾ ਉਹ ਸਾਰਾ ਕੁਝ ਟਾਈਮ ਦੇ ਨਾਲ ਸ਼ੁਰੂ ਕੀਤਾ ਜਾਵੇ ਸਟੂਡੈਂਟ ਕੱਲੇ ਇੰਡੀਆ ਤੋਂ ਹੀ ਨਹੀਂ ਆਉਂਦੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਪੜ੍ਹਨ ਲਈ ਇੱਥੇ ਆਪਣੇ ਕੈਨੇਡਾ ਦੇ ਵਿੱਚ ਆ ਰਹੇ ਨੇ ਪਰ ਹੁਣ ਜੇਕਰ ਉਹਨਾਂ ਦਾ ਉਹਨਾਂ ਦੀ ਜਿਹੜੀ ਸਟੱਡੀ ਪਰਮਿਟ ਹੀ ਨਹੀਂ ਉਹਨਾਂ ਦੇ ਕੋਲ ਤੇ ਨਾ ਉਹ ਜਾ ਸਕਦੇ ਆ ਤੇ ਸਟੱਡੀ ਪਰਮਿਟ ਆ ਜਾਣਾ ਆ ਉਹਨਾਂ ਦਾ ਪਰ ਆਉਣਾ ਜਦੋਂ ਦੇਰੀ ਦੇ ਨਾਲ ਆ ਤੇ ਫਿਰ ਉਹ ਕਈ ਗੱਲਾਂ ਤੋਂ ਉਹਨਾਂ ਨੇ ਵੈਸੇ ਹੀ ਰਹਿ ਜਾਣਾ ਸ਼ੁਰੂ ਦੇ ਦਿਨ ਇੱਥੋਂ ਜਿਹੜਾ ਉਹ ਜਣਾ ਆਮ ਤੌਰ ਦੇ ਉੱਤੇ ਕੈਨੇਡਾ ਦੇ ਬਾਹਰੋਂ ਜੇਕਰ ਸਟੱਡੀ ਪਰਮਿਟ ਹੁੰਦਾ 12 ਹਫ਼ਤਿਆਂ ਦੇ ਵਿੱਚ ਕਹਿੰਦੇ ਆ ਜਾਂਦੇ ਆ ਪਰ ਉਹ ਐਪਲੀਕੇਸ਼ਨ ਭੇਜਣ ਤੇ ਵੀਜ਼ਾ ਐਪਲੀਕੇਸ਼ਨ ਸੈਂਟਰ ਤੇ ਹੋਰ ਚੀਜ਼ ਨੂੰ ਇਹਦੇ ਵਿੱਚ ਨਹੀਂ ਗਿਣਦੇ ਤੇ ਹੁਣ ਇਹ ਕਈਆਂ ਦਾ ਇਹ ਟਾਈਮ ਜਿਹੜਾ ਆ ਇਹ 8 ਮਹੀਨੇ ਤੱਕ ਲੱਗ ਰਿਹਾ ਆ ਤੇ ਕਈ ਵਾਰੀ ਇਹ ਵੀ ਲੱਗਦਾ ਕਈਆਂ ਨੂੰ ਕਿ ਇਸ ਸਾਲ ਦੇ ਅੰਤ ਤੱਕ ਹੀ ਜਿਹੜਾ ਸਕੂਲイヤー ਆ ਉਹਦੇ ਅੰਤ ਤੱਕ ਹੀ ਉਹਨਾਂ ਨੂੰ ਕੋਈ ਜਵਾਬ ਨਹੀਂ ਆਉਣਾ ਜਦੋਂ ਉਹਨਾਂ ਨੂੰ ਪੁੱਛਦੇ ਆ ਆਈਆਰ ਸੀਸੀ ਨੂੰ ਕਿ ਤੁਸੀਂ ਬਹੁਤ ਸਾਰੇ ਨਿਊਜ਼ ਗਰੁੱਪਾਂ ਨੇ ਜਾ ਕੇ ਉੱਥੇ ਗੱਲਬਾਤ ਕੀਤੀ ਆ ਕਿ ਤੁਸੀਂ ਘੱਟੋ ਘੱਟ ਸਾਨੂੰ ਦੱਸੋ ਤਾਂ ਸਹੀ ਵੀ ਹੈ ਕਿ ਆ ਲੋਕ ਨਿਰਾਸ਼ ਨੇ ਲੋਕ ਘੱਟੋ ਘੱਟ ਉਹਨਾਂ ਨੂੰ ਇਹੀ ਪਤਾ ਲੱਗ ਜਿਓ ਵੀ ਉਹਨਾਂ ਦਾ ਆਉਣਾ ਕਦੋਂ ਜਿਹੜਾ ਪ੍ਰੋਸੈਸਿੰਗ ਆ ਉਹ ਵੀ ਟਾਈਮ ਤੇ ਨਹੀਂ ਉਹਦਾ ਉਹਦੀ ਅਪਡੇਟ ਵੀ ਨਹੀਂ ਉਹਨਾਂ ਨੂੰ ਮਿਲ ਰਹੀ ਬਸ ਇੱਕ ਕਰੀ ਐਪਲੀਕੇਸ਼ਨ ਭੇਜ ਦੇ ਦੀ ਬਾਅਦ ਵੀ ਛੁੜੀ ਇੱਕੋ ਕਦੋਂ ਆਉਣਾ ਇਹਦੇ ਬਾਰੇ ਪਤਾ ਨਹੀਂ ਕੋਈ ਯਾ ਮਹੀਨੇ ਲੱਗ ਸਕਦੇ ਆ ਜਿਆਦਾ ਸਮਾਂ ਲੱਗ ਸਕਦਾ ਜਦੋਂ ਆਈਆਰਸੀਸੀ ਨਾਲ ਗੱਲ ਕੋਈ ਵੀ ਕਰਦਾ ਤਾਂ ਉਹਨਾਂ ਦਾ ਇੱਕੋ ਜਵਾਬ ਹੁੰਦਾ ਕਿ ਅਸੀਂ ਜਿਹੜਾ ਬੈਕਲੌਗ ਆ ਉਹਨੂੰ ਠੀਕ ਠਾਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਰ ਰਹੇ ਆ ਉਹਦੇ 'ਚ ਕੋਈ ਸ਼ੱਕ ਨਹੀਂ ਨਵੇਂ ਸਟਾਫ ਵੀ ਉਹਨਾਂ ਨੇ ਭਰਤੀ ਕੀਤਾ ਪਿੱਛੇ ਜੇ ਉਹਨਾਂ ਨੇ ਮਾਡਰਨਾਈਜ਼ ਵੀ ਕਰ ਰਿਹਾ ਆਪਣੇ ਸਿਸਟਮ ਨੂੰ ਕਿ ਜਿਆਦਾ ਇਹਨੂੰ ਸਾਰੇ ਕੁਝ ਨੂੰ ਕੀਤਾ ਜਾ ਸਕੇ ਪਰ ਫੇਰ ਵੀ ਜਿਹੜੀ ਸਟੱਡੀ ਪਰਮਿਟ ਆ ਉਹਨਾਂ ਕੋਲੋਂ ਪ੍ਰੋਸੈਸ ਨਹੀਂ ਹੋ ਰਿਹਾ ਐਪਲੀਕੇਸ਼ਨ ਜਿਹੜੀਆਂ ਹੁਣ ਦੱਸ ਦਿਆ ਕਿ ਜੁਗਸਟ ਤੱਕ ਡਿਪਾਰਟਮੈਂਟ ਦੇ ਕੋਲ 84000 ਸਟੱਡੀ ਪਰਮਿਟ 21000 ਐਕਸਟੈਂਸ਼ਨ ਅਪਲੀਕੇਸ਼ਨ ਜਿਹੜੀਆਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਦੇ ਵਿੱਚ ਆਪਣੀ ਸਟੱਡੀ ਕੰਟੀਨਿਊ ਕਰਨ ਦੇ ਲਈ ਚਾਹੀਦੀ ਹੈ ਇਹ ਸਾਰੇ ਦੇ ਨਾਲ ਡੀਲ ਕਰਨਾ ਔਰ ਮਿਲੀਅਨਸ ਦੇ ਵਿੱਚ ਦੂਜੀਆਂ ਅਪਲੀਕੇਸ਼ਨ ਦੱਸ ਤੇ ਆ ਜਿਹੜੀਆਂ ਜਿਹੜੀ ਪੀਆਰ ਵਾਲੀਆਂ ਪਈਆਂ ਇਹ ਸਾਰੇ ਕੁਛ ਦੇ ਵਿੱਚ ਇਹ ਸਟੂਡੈਂਟ ਇਹਨਾਂ ਦੀ ਪੜ੍ਹਾਈ ਜ਼ਿਆਦਾ ਪ੍ਰਭਾਵਿਤ ਹੋ ਰਹੀ ਆ ਕਿਉਂਕਿ ਸਭ ਤੋਂ ਵੱਧ ਅਸਰ ਇਹਨਾਂ ਵਿਦਿਆਰਥੀਆਂ ਦੇ ਉੱਤੇ ਪੈਂਦਾ ਜਿਹੜਾ ਕਿਸੇ ਦਾ ਵੀ ਸਾਲ ਕੀਮਤੀ ਹੁੰਦਾ ਪਰ ਜਿਹੜਾ ਵਿਦਿਆਰਥੀ ਦਾ ਜੀਵਨ ਹੁੰਦਾ ਉਹਦੇ ਵਿੱਚ ਇਹ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਇਹਦੇ ਆਸਰੇ ਉਹਨੇ ਪੂਰੀ ਜ਼ਿੰਦਗੀ ਕੱਟਣੀ ਹੁੰਦੀ ਇਹ ਦੁਬਾਰਾ ਨਹੀਂ ਆਉਣਾ ਜਿਹੜਾ ਉਹਦਾ ਇਹ ਨੁਕਸਾਨ ਹੋ ਗਿਆ ਉਹ ਕਦੇ ਵੀ ਪੂਰਾ ਨਹੀਂ ਹੋਣਾ ਇਸ ਕਰਕੇ ਇਹਦੇ ਲਈ ਸਰਕਾਰ ਨੂੰ ਸਾਰੀ ਬੇਨਤੀ ਕਰ ਰਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਬਾਕੀ ਕੰਮ ਕਰ ਵੀ ਤੇਜ਼ ਕਰੋ ਪਰ ਘੱਟੋ-ਘੱਟ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਦੇ ਸਟੱਡੀ ਪਰਮਿਟਸ ਨੇ ਚਾਹੇ ਉਹ ਨਵੇਂ ਨੇ ਤੇ ਚਾਹੇ ਐਕਸਟੈਂਡ ਹੋਣ ਵਾਲੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਕਿ ਲੋਕ ਜਿਹੜਾ ਆ ਉਹ ਆਪਣੀ ਪੜ੍ਹਾਈ ਨੂੰ ਅ ਜਾਰੀ ਰਖ ਸਕਣ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ